ਹੁਣ ਪੈ ਰਹੀ ਆ ਲਾਲ ਮਿਰਚ ਮਾ ਨਾ ਨਾ ਹਾਂਜੀ ਨਾ ਉੱਥੋਂ ਉੱਪਰੋਂ ਜਿਹੜੀ ਨਾ ਕੱਢ ਕੇ ਲੈ ਆਣੀਆਂ ਇਹ ਲਈਏ ਸਾਰੀਆਂ ਲੱਕੜਾਂ ਜਿਹੜੀਆਂ ਗਿੱਲੀਆਂ ਪਈਆਂ ਤਾਜ਼ੀਆਂ ਉਹ ਵਾਲਾ ਪਹਿਲੇ ਵਾਲਾ ਜਿਹੜਾ ਪੁਰਾਣਾ ਮਾਲ ਪਿਆ ਉਹਦੇ ਵਿੱਚ ਸੁੱਕੀਆਂ ਲੱਕੜਾਂ ਇਸ ਕਰਕੇ ਉੱਥੋਂ ਕੱਢ ਕੇ ਪਹਿਲੇ ਇੱਥੇ ਸਿੱਟਣੀਆਂ ਨੇ ਇੱਥੋਂ ਜਿਹੜੀਆਂ ਚੱਕ ਕੇ ਫਿਰ ਬਾਹਰ ਕੰਡੇ 'ਤੇ ਲੈ ਜਾਣੇ ਉੱਥੇ ਤੋਲਣੀਆਂ ਨੇ ਤੋਲ ਕੇ ਜਿੱਥੇ ਲੱਕੜਾਂ ਜਿਹੜੀਆਂ ਸਾਰੀਆਂ ਲਾ ਕੇ ਰੱਖ ਲਈਆਂ ਔਰ ਬੇਗਮ ਸਾਹਿਬ ਜੀ ਨੇ ਮਸਾਲਿਆਂ ਵਾਲੇ ਸਾਰੇ ਡੱਬੇ ਜਿਹੜੇ ਨਾ ਧੋ ਲਏ ਹਾਂਜੀ ਤਾਂ ਅਲਹਮਦੁਲਿਲਾ ਰੋਟੀ ਜਿਹੜੀ ਨਾ ਖਾ ਲਈ ਆ ਬਾਕੀ ਮਸਾਲੇ ਵਗੈਰਾ ਹੀ ਅੱਜ ਟਾਈਮ ਨਾ ਪਾਣੀ ਕੇ ਨੂਰ ਬੇਗਮ ਸਾਹਿਬ ਜੀ ਨੇ ਧੋ ਰਹੇ ਨੇ ਬਰਤਨ ਜਿਹੜੇ ਧੋ ਲੈਂਦੇ ਔਰ ਮੈਂ ਜਿਹੜਾ ਸਾਰਿਆਂ ਤੋਂ ਪਹਿਲੇ ਚੱਲ ਕੇ ਜਿਹੜੇ ਲੈ ਆਵਾਂ ਦੁੱਧ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਦੁਆ ਕਰਨਾ ਮੇਰੇ ਤਮਾਮ ਬੈਣ ਵੀਰ ਜਿੱਥੇ ਮੈਂ ਖੁਸ਼ ਰਹਿਣ ਬਾਦ ਰਹਿਣ ਤੇ ਸਾਥ ਤੇ ਮੁਸਕਰਾਉਂਦੇ ਤਾਂ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਆ ਔਰ ਅੱਜ ਕੰਮ ਜਿਹੜੇ ਨਾ ਕਾਫੀ ਸਾਰੇ ਜਿਹੜੇ ਨਾ ਕੰਪਲੀਟ ਹੋ ਗਏ ਇੱਕ ਤਾਂ ਜਿਹੜਾ ਨਾ ਮੇਨ ਕੰਮ ਸੀ ਗਾਰਡਨ ਦਾ ਇਹ ਵੀ ਕੰਪਲੀਟ ਹੋ ਗਿਆ ਜੀ ਜੀ ਅੱਛਾ ਔਰ ਇੱਕ ਤਾਂ ਮੇਨ ਕੰਮ ਸੀ ਗਾਰਡਨ ਦਾ ਇਹ ਵੀ ਕੰਪਲੀਟ ਹੋ ਗਿਆ ਮਤਲਬ ਕਿ ਇਹਨਾਂ ਨੂੰ ਖਾਦ ਜਿਹੜੀ ਨਾ ਉਹ ਦਿਪ ਗਈ ਆ ਸਾਰੇ ਬੂਟਿਆਂ ਨੂੰ ਕਿਉਂਕਿ ਤੀਸਰੇ ਚੌਥੇ ਦਿਨ ਦੀ ਖਾਦ ਆਈ ਪਈ ਸੀ ਲੇਕਿਨ ਜਿਹੜਾ ਟਾਈਮ ਨਹੀਂ ਲੱਗ ਰਿਹਾ ਇਹਨਾਂ ਨੂੰ ਖਾਦ ਵਗੈਰਾ ਜਿਹੜੀ ਨਾ ਉਹ ਵੀ ਦਿਪ ਗਈ ਔਰ ਦੂਸਰਾ ਜਿਹੜਾ ਨਾ ਹਾਂਜੀ ਆ ਰਿਹਾ ਪੁੱਤਰ ਆ ਰਿਹਾ ਆ ਰਹਿੰਦਾ ਸੀ ਕਿਚਨ ਦਾ ਕੰਮ ਕਿਉਂਕਿ ਅਗਲੀ ਬਾਰੀ ਜਿਹੜੀ ਨਾ ਇਹ ਮੁਕੰਮਲ ਜਿਹੜੀ ਨਾ ਬੰਦ ਕਰਨੀ ਆਈ ਅੱਜ ਇਹ ਵੀ ਮੁਕੰਮਲ ਬਾਰੀ ਜਿਹੜੀ ਨਾ ਬੰਦ ਕਰ ਲਈ ਔਰ ਜਿਹੜੀ ਪੁਰਾਣੀ ਦਰਵਾਜ਼ੇ ਦੇ ਨਾਲ ਦੀ ਬਾਰੀ ਸੀ ਉਹ ਜਿਹੜੀ ਨਾ ਅਸੀਂ ਇੱਥੇ ਫਿੱਟ ਕਰ ਉਹ ਜੀ ਪਹਿਲਾਂ ਹਾਂਜੀ ਹਾਂਜੀ ਦੋ ਇਹ ਦੋ ਨੇ ਆ ਉਹਲਾ ਰੁਪਈਆ ਹੈ ਹਾਂਜੀ ਹੁਣ ਮੈਂ ਹਲੀਮਾ ਸਾਦੀਆ ਦੀ ਸੁਣ ਲਵਾਂ ਜੀ ਹਾਂ ਦੱਸ ਜੀ ਜੀ ਨਾ ਬੈ ਨੁਮਾਨ ਔਰ ਬੇਗਮ ਸਾਹਿਬ ਜੀ ਇਹਨਾਂ ਕਿਚਨ ਦੀ ਕਰ ਰਹੇ ਸਾਫ਼ ਸਫਾਈ ਔਰ ਮੈਂ ਵੀ ਜਿਹੜੀ ਸੀਮੈਂਟ ਹੁਣ ਕਿਲੋ ਦੋ ਲੈ ਆਣੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀ ਬੰਦ ਕਰਨੀ ਇਨ ਸ਼ਾਲਾ ਅਤੇ ਬਾਕੀ ਰਹਿ ਜਾਣੀ ਹੈ ਛੱਤ ਕਾਣੀ ਜਾਂ ਤੰਬੂ ਵਗੈਰਾ ਲਿਆ ਕੇ ਉਹ ਵੀ ਜਿਹੜੇ ਉੱਪਰ ਪਾ ਦੇਣਾ ਅਤੇ ਇਨ ਸ਼ਾਲਾ ਸਰਦੀਆਂ ਸਾਡੀਆਂ ਆਰਾਮ ਨਾਲ ਨਿਕਲ ਜਾਵਣ ਕਿਉਂਕਿ ਇੱਧਰੋਂ ਜਿਹੜੇ ਜ਼ਿਆਦਾ ਠੰਡੀ ਹਵਾ ਆਉਂਦੀ ਉਹ ਬਾਰੇ ਵੀ ਬੰਦ ਹੋ ਗਈ ਹੈ ਅਗਰੋਂ ਜਿਹੜਾ ਨਾ ਕੱਪੜਾ ਲਾ ਲੈਣਾ ਤਿੰਨ ਸਾਲਾਂ ਨਿਕਲਨੇ ਆ ਮਟਰਾਂ ਦਾ ਤਾਂ ਪਤਾ ਕੀਤਾ ਤੂੰ ਮਟਰ ਜੇ ਕੋਈ ਨੀ ਮਿਲੇ ਮੇਰੀ ਦਿਲ ਲਿਆ ਆਲੂ ਤੇ ਮਟਰ ਜੇ ਪਕਾ ਲਈ ਹੈ ਇੱਕ ਤਾਂ ਮਟਰ ਹੈਣ ਬਹੁਤ ਮੰਗੇ ਸਮਝ ਲੋਕ ਮਟਰ ਪਕਾਣੇ ਗੋਸ਼ਤ ਪਕਾਣੇ ਇੱਕੋ ਗੱਲ ਆ ਤੇ ਪਾਈਆ ਜਿਹੜਾ ਮਟਰ ਲੈ ਆਵਾਂਗੇ ਕਿਉਂਕਿ 100 ਰੁਪਏ ਜਿਹੜੇ ਨਾ ਪਾਈਆ ਨੇ 400 ਰੁਪਏ ਕਿਲੋ ਨੇ ਮਟਰ ਪਾਈਆ ਮਟਰ ਲੈ ਲਵਾਂਗੇ ਕਿਉਂਕਿ ਬਾਕੀ ਜਿਹੜੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਸਮਝ ਲਓ ਕਿ ਇਹ ਨਵੀਂ ਸਬਜ਼ੀ ਜਿਹੜੀ ਨਾ ਮੈਂ ਆ ਕੇ ਬਣਾ ਲਈਏ ਪਾਈਆ ਮਟਰ ਲੈ ਆਵਾਂਗੇ ਤੇ ਆਲੂ ਜਿਹੜੇ ਨਾ ਘਰੇ ਪਏ ਨੇ ਤੇ ਇਨਸ਼ਾਲਾ ਮੈਂ ਵੀ ਜੇ ਨਿਕਲਣਾ ਹੋਰ ਕੋਈ ਘਰ ਦਾ ਸਮਾਨ ਵਗੈਰਾ ਤਾਂ ਨਹੀਂ ਲੈਣਾ ਖੰਡ ਪੱਤੀ ਸਾਬਣ ਸਰਫ ਇਹੋ ਜਿਹੀ ਕੋਈ ਚੀਜ਼ ਥੋੜਾ ਥੋੜਾ ਸਮਾਨ ਪਿਆ ਠੀਕ ਹੋ ਗਿਆ ਹੋਰ ਜੀ ਕਿਚਨ ਦੀ ਜਿਹੜੀ ਨਾ ਸਾਰੀ ਸਾਫ਼ ਸਫਾਈ ਸਾਡੀ ਜਿਹੜੀ ਨਾ ਹੋ ਗਈ ਆ ਤੇ ਇਨਸ਼ਾਲਾ ਹਾਂਜੀ ਸੌ ਰੁਪਏ ਨੇ ਤੇ ਇਨਸ਼ਾਲਾ ਸ਼ਹਿਰ ਪਹੁੰਚ ਕੇ ਰਸਤੇ 'ਚ ਫਿਰ ਤੁਹਾਡੇ ਨਾਲ ਗੱਲ ਹੋਵੇਗੀ ਮੋਟਰਸਾਈਕਲ ਤੇ ਖੋਲ ਤੇ ਮੈਂ ਵੀ ਜਿਹੜਾ ਇੱਧਰੋਂ ਪਹਿਲੇ ਕੱਢਣੀਆਂ ਨੇ ਲੱਕੜਾਂ ਕੱਢ ਕੇ ਉਸ ਤੋਂ ਬਾਅਦ ਤੋਲਣੀਆਂ ਲੱਕੜਾਂ ਜਿਹੀ ਨਾ ਉੱਥੋਂ ਉੱਪਰੋਂ ਜਿਹੀ ਨਾ ਕੱਢ ਕੇ ਲੈ ਆਣੀਆਂ ਇਹ ਲਈਏ ਸਾਰੀਆਂ ਲੱਕੜਾਂ ਜਿਹੀ ਨਾ ਗਿੱਲੀਆਂ ਪਈਆਂ ਤਾਜ਼ੀਆਂ ਉਹ ਵਾਲਾ ਪਹਿਲੇ ਵਾਲਾ ਜਿਹੜਾ ਪੁਰਾਣਾ ਮਾਲ ਪਿਆ ਉਹਦੇ ਵਿੱਚ ਸੁੱਕੀਆਂ ਲੱਕੜਾਂ ਇਸ ਕਰਕੇ ਉੱਥੋਂ ਕੱਢ ਕੇ ਪਹਿਲੇ ਇੱਥੇ ਸਿੱਟਣੀਆਂ ਨੇ ਇੱਥੋਂ ਜਿਹੜੀਆਂ ਚੱਕ ਕੇ ਫਿਰ ਬਾਹਰ ਕੰਡੇ 'ਤੇ ਲੈ ਜਾਣੇ ਨੇ ਉੱਥੇ ਤੋਲਣੀਆਂ ਨੇ ਤੋਲ ਕੇ ਫਿਰ ਲੱਦਣੀਆਂ ਨੇ ਲੇਕਿਨ ਹੁਣ ਸਾਰਿਆਂ ਤੋਂ ਪਹਿਲੇ ਜਿਹੜੇ ਮੈਂ ਉੱਥੋਂ ਲੱਕੜਾਂ ਜਿਹੀਆਂ ਨਾ ਉਹ ਕੱਢ ਲਵਾਂ ਹਾਂਜੀ ਤਾਂ ਅਲਹਮਦੁਲਿਲਾ ਲੱਕੜਾਂ ਲੈ ਕੇ ਘਰੇ ਪਹੁੰਚ ਕੇ ਔਰ ਦਰਵਾਜ਼ਾ ਜਿਹੜਾ ਨਾ ਬੰਦ ਕਰ ਲੈਣੀ ਜਾ ਫਾਤਮਾ ਜੀ ਛੋਟਾ ਦਰਵਾਜ਼ਾ ਬੰਦ ਇਹ ਕੀ ਆ ਹਾਂ ਇੱਦੋਂ ਨਹੀਂ ਲਵੀਣਾ ਤੇਰੇ ਕੋਲ ਹਾਂ ਬਾਹਰ ਨਿਕਲ ਇੱਥੇ ਬਹਿ ਔਰ ਬੇਗਮ ਸਾਹਿਬ ਔਰ ਜਿਹੜੇ ਨਾ ਪੈਲ ਲਾ ਰਹੇ ਨੇ ਖਜੂਰਾਂ ਨੂੰ ਨਮਕ ਲਾ ਕੇ ਜਿਹੜੇ ਨਾ ਹੁਣ ਸਾਰੇ ਦੇ ਵਿੱਚ ਮਿਕਸ ਕਰ ਦਿਓ ਇਹ ਪਹਿਲੇ ਮਿਕਸ ਕੀਤਾ ਇਹਨੇ ਚਲਾ ਕੇ ਹਾਂ ਨਮਕ ਪਹਿਲੇ ਮਿਕਸ ਕੀਤਾ ਹਾਂ ਲਾ ਕੇ ਤੇ ਮੋੜ ਕੇ ਤੇ ਛਾਪਰ ਪਾਣੀ ਛਾਪਰ ਪਾ ਕੇ ਤੇ ਮੋੜ ਨਮਕ ਲਾ ਲਿਆ ਠੀਕ ਹੋ ਗਿਆ ਇਹ ਕਿਸ ਤਰ੍ਹਾਂ ਜਲਦੀ ਹੋ ਜਾਵੇ ਹਾਂ ਨਹੀਂ ਉਹ ਤਕਰੀਬਨ ਹਾਫ ਧੋਈਆਂ ਪਈਆਂ ਨੇ ਦੀਆਂ ਧੋ ਗਈਆਂ ਨੇ ਤਾਂ ਪਾਣੀ ਜਿਹੜਾ ਨਾ ਸਗਲਾ ਮੈਂ ਵੀ ਜਿਹੜਾ ਨਾ ਸਮਾਨ ਲੈ ਕੇ ਆ ਗਿਆ ਲੱਕੜਾਂ ਵੀ ਆ ਗਈਆਂ ਦੂਸਰਾ ਜਿਹੜਾ ਨਾ ਨੁਮਾਨ ਨੂੰ ਸਵੇਰ ਦੀ ਛੁੱਟੀ ਔਰ ਪਰਸੋਂ ਜਿਹੜਾ ਸਕੂਲ ਜਾਵੇਗਾ ਬ੍ਰੈਡ ਜਿਹੜੇ ਨਾ ਉਹ ਵੀ ਲੈਣ ਦਾ ਆਹ ਫੜ ਕੇ ਰੱਖ ਔਰ ਦੂਸਰਾ ਜਿਹੜਾ ਨਾ ਇਹਦਾ ਸਮਾਨ ਜਿਹੜਾ ਨਾ ਲੈਣ ਦਾ ਲਵੇਗਾ ਹੀ ਮੁਸ਼ਕਿਲ ਨਾ ਚੱਲ ਲੈ ਜਾ
अच्छा इधर चल है। और लकड़ा जी इन्हों भी ला ली और लैन देने दही बल्लें वास्ते चिट्टे चने और बेसन ते नाल जो रद्दी खत्म हुई हुई है रद्दी लैन दी आ फिर उत्थे बैठी इत्थे निकल इधरों ही निकल आई कर इधर इत्थू लत्थी कर इत्थू जिवें दिया सुबह लै गई हैं इत्थू लै गई कर और जी इंशाल्लाह मैं लकड़ा जी नो ला लवा और सारा पहले जो है ना सब्जी कोई लैंदी पैसे कोई नहीं बचे आसमान पर लकड़ा लै लिया उस तू बाद जो है ना झाड़ू इन्ना महंगा डिजा और पाइया झाड़ू पाइया झाड़ू 200 रुपए का अद्धे किलो वाला कह रहे 400 रुपए का हाँ बाकी है तो टोक दिया ना फिर सही झाड़ू लग्या करेगा हाँ और जी लकड़ा में ला लवा बेगम साहब ने सारे किचन की जी इन्हें साफ सफाई जी कर लिया पीढ़ियाँ जी इन्हें हटा दो मैं हटा देना पीढ़ियाँ इतने रख लियो लकड़ा जी इन्ना इतने करके जी इन्हें रख ली पीढ़ियाँ इतने जी इन्हें पईया रवें और बाकी जी ना ग्यो की जी वो भी सफाई करनी है मतलब कि आग के उपर रख के ना अच्छी तरीके ग्यो गर्म करके पाइया में पावे दुध और ग्यो हो जाएगा साफ अच्छी तरीके ना वो भी करना लेकिन लकड़ा सारे पहले ला ली फिर आलू धोने आलू धो के मसाला जो है ना एडवांस बना के जो रख लगे मतलब कि हूँ बना लेना सवेरे फर्स्ट टाइम इंशाल्लाह जी इन्हें तलाई शुरू कर लवेंगे जी तो लकड़ा जो इन्हें सारिया ला के रख लिया और बेगम साहब जो मसाले वाले सारे डब्बे जो धो ले चलो कोई नहीं और मैं भी सारा पहले चलना हूँ चल के जो धो लेना आलू हाँ जी तो मैं भी जो आलू धो के लैके आ गया और बेगम साहब और जो पालक कुतरी खोते हैं क्योंकि असं बना लगे अज आलू पालक और चने जो पे के रख लेन मैं अच्छी तरीके जो नरम हो जाएंगे सवेरे जो फौरी तौर उबल जाएंगे बड़ी दही हो जी पई है फिर मेरे याद ही कौन नहीं रहा चलो जो सवेरे थोड़े बना लवेंगे इंशाला मैं भी जो आलू बाल्टी जो पा लवा उस तू बाद पकौड़े का मसाला वगैरह पकौड़े मसाले कन पालक रखे जो थोड़ी जी ठीक हो गए क्योंकि मसाला मैं आखिर जो पकौड़े का बना के रख लें चिप्स का बना के रख लें बाकी जो क्योंकि ना सवेरे दही बल्ले बनाए या ना चने चाट बनाई उस टाइम काफ़ी सारा लग जाता मैं आखिर बना के फ्रिज जो रख दें हाँ जी तो मैं भी जो आलू जो कुतर लेने प्याज जो हूँ कुतर लिया और बेगम साहब जो बनाई करें सालन सालन जो सा तकरीबन बनया खुत और शायद असं चने जो वो भी उबाल के रख ले सवेरे भी दही बल्ले भी जो टाइम ना जो बन जाएंगे क्योंकि इन्हें तो बुलंद जो तकरीबन घंटा का लग जाता है सारे भैया भाई जरूर दसना कि सही कर रहे हैं एडवांस मतलब शाम टाइम समान बना लिया सवेरे जो फर्स्ट टाइम इंशाला टाइम ना जी दुकान ला ले धुप दे आने तू पहला पहला क्योंकि धुप आ जाती है ना समान तलद्या तलद्या तो इंशाल्लाह सवेरे जो है फर्स्ट टाइम जो है जल्दी थोड़ा जहा हो जावे पहले बिचो 20 रुपए का समोसा छाड़ दिता सी क्योंकि रोल समोसियां लेके आ गए सी लेकिन रोल समोसियां हुण खत्म ने इस करके सवेरे जाने इंशाल्लाह 20 रुपए का समोसा जाने नो बनावांगे और गाहक जाने लै भी खुश होकर लेंदे ने क्योंकि 20 रुपए का समोसा उन्होंने ये नहीं लगता उन्होंने भी साइज छोटा लेकिन वह यही कहते हैं 20 रुपए का मिल रहा समोसा खुश होकर लै लेंगे और रोटियां दिल करता तंदूर तो बनाई लेकिन लकड़ा का खर्चा तंदूर से बहुत ज्यादा हो जाता 10 किलो सड़ जाएं ने 230 रुपए दियाँ दो टाइम क्योंकि 5-6 किलो एक टाइम सड़ जाए 3-4 किलो एक टाइम सड़ जाए क्योंकि सवेरे दियाँ थोड़ी होंगे इस टाइम शाम की जी एक दो रोटी ज्यादा होंगी है बेसन जो पा लिया मसाला जो सारा कुतर लिया
हूं जाने पाना है इधर मैदा। हाँ 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 अब्बा जी जी लाल मरा चीज पैर हाँ हाँ जी हूं पै रही है लाल मरच मां ना ना एक मिनट एक मिनट एक मिनट तकरीबन छाए हो गया बेसन के उपर जो छाबा देख जो रख ली साबत दनिया गया रह गया मान साबत दनिया चाल है अब मुझे कोई नहीं कोई नहीं खत्म अब मुझे दनिया जल्दी सब तो पहले जैन पकौड़ा का मसाला जैन वो बना ली और एक हल्दी का जैन ना कलर भी ठीक हो जाता दूसरा जैन टेस्टी बन जाता वैसे जैन कलर भी बिच में पाया मसाला जैन बड़ा सोहना जैन तलिया हुआ लगता जिस टाइम चीजा बनी हुई जी छुरी दी हूँ कहीं जरूरत रख दे मेहमान चक के लिया कुर्सी ते बिठा जी जी आ जाओ तुसी रोटी बनानी आ जाओ और हथा का जैन है इशारा कर रही कह रही मैं भी आन के रोटी बनानी और कुर्सी जी इतने नाल लैके चले जाने इतने बिठा दो मैं दो दिन पता कर लवा टाइम नहीं पर पूछ लें चोल है नहीं या नहीं चो है नहीं आने कर तो पूछ ली मैं दो जैन टाइम लाए क्योंकि अग बढ़ती पी दोबारे अग बाला ना बेहतर हूने मतलब नाल ही दुद्ध उबल जाएगा। हाँ जी अलहमदुल्ला रोटी जी ने खा लिया बाकी मसाले वगैरह ही आज टाइम ना पानी बेगम साहब और जैन धो रहे हैं बर्तन बर्तन जैन धो लेंगे और मैं जैन सारे पहले चल के जैन ले आवा दुद्ध और जग जैन मैं लै लेना सारे पहले चल के जैन मैं दुद्ध दो लो तुसी अपना बर्तन दो लो मैं दुद्ध जैन ले आवा अग जैन ना मुझा है ना नहीं तो फिर जैन अग बालनी पैंदी है। हाँ जी दुद्ध लैके जैन मैं आ गया जा फातिमा दरवाजा बंद कर दे दरवाजा बंद करके आ जाओ और बेगम साहब जैन बर्तन जैन तकरीबन धोती खड़े न चूल्हे ते रखा जा चलो ठीक हो गया अलीमा सादी कुर्सी पे बैठी है और जी आज दा ए वाला व्लॉग भी जेड़ा कर रहे हैं इत्थे खत्म इंशाल्लाह मिलने हैं स्नैक्स च अच्छे व्लॉग दे विच मैं भी सारे पहले जेड़ा बाल लवां बल्ब बल्ब बाल के और गार्डन नु पानी जेड़ा दो दिन नहीं देना क्योंकि अज इनू खाद दित्ती है ना ते पानी भी माशाल्लाह जेड़ा काफी दित्ता और खाद इन्ने फायदे ना सारिया दराड़ा जी जमीन मार के वो नरम जी हो जाती है खाद देन ना और सुबह भी नहीं देना परसों भी तो तीसरे दिन चल के ना जी गार्डन पानी देवे अगर धुप्पे में नॉर्मल रही तो
अगर धुप ज्यादा निकली तो फिर सुबह शाम पानी देना फिर दोबारा जो दे देवे और चाचू ने क्या स्प्रे आन कर चाचू भी जेड़ना कोई नहीं आया लेकिन जो मैं भी दोबारा उन्होंने याद कौन दवा शायद हो सकता जेन तो लै गए हो नहीं तो अज इतों इन फ्रूट के बूटे जेड़ना पानी जेड़ना अच्छ दे देना सी तो इन शाला अपना ढेर सारा ख्याल रखे जे दुआवें याद रखे जे मिलने नैक्सट विलाग इन इस विलाग की इजाजत अल्लाह हाफिज़।